ਕੋਰੋਨਾ ਵਾਇਰਸ ਨੂੰ ਲੈ ਕੇ ਇੱਕ ਨਵੀਂ ਸੋਧ ਕੀਤੀ ਗਈ ਹੈ ਜਿਸ ਵਿੱਚ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਹਵਾ ਵਿੱਚ 3 ਘੰਟਿਆਂ ਤੱਕ ਜਿਉਂਦਾ ਰਹਿ ਸਕਦਾ ਹੈ। ਖੁੱਲ੍ਹੀ ਸਤ੍ਹਾ 'ਤੇ ਇਹ ਕਈ ਦਿਨਾਂ ਤੱਕ ਜਿਉਂਦਾ ਰਹਿੰਦਾ ਹੈ। ਅਮਰੀਕਾ ਵਿੱਚ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਅਤੇ ਇਨਫੈਕਸ਼ੀਅਸ ਡਾਇਜ਼ੀਜ਼ ਦੇ ਵਿਗਿਆਨੀਆਂ ਨੇ ਇਹ ਖੁਲਾਸਾ ਕੀਤਾ। ਉਹਨਾਂ ਦੱਸਿਆ ਕਿ ਕੋਰੋਨਾ ਪੀੜਿਤ ਵਿਅਕਤੀ ਦੇ ਘਰ ਵਿੱਚ ਇਸਦੇ ਵਾਇਰਸ ਫੈਲੇ ਹੁੰਦੇ ਨੇ। ਜਦ ਉਸਨੂੰ ਹਸਪਤਾਲ ਵਿੱਚ ਰੱਖਿਆ ਜਾਂਦਾ ਹੈ ਤਦ ਵੀ ਇਹ ਵਾਇਰਸ ਹਵਾ ਵਿੱਚ ਫੈਲਦਾ ਰਹਿੰਦਾ ਹੈ। ਜਦ ਵੀ ਵਿਅਕਤੀ ਖੰਘਦਾ ਜਾਂ ਛਿੱਕ ਮਾਰਦਾ ਹੈ ਤਾਂ ਥੁੱਕ ਦੇ ਬਰੀਕ ਕਣ ਹਵਾ ਵਿੱਚ ਫੈਲ ਜਾਂਦੇ ਨੇ। ਇਸ ਸੰਬੰਧੀ ਸਾਰੀ ਜਾਣਕਾਰੀ ਮੰਗਲਵਾਰ ਨੂੰ ਨਿਊ ਇੰਗਲੈਂਡ ਜਰਨਲ ਆਫ ਮੈਡੀਸਨ ਵਿੱਚ ਛਾਪੀ ਗਈ ਹੈ। ਅਮਰੀਕਾ ਵਿੱਚ ਹੁਣ ਤੱਕ 150 ਮੌਤਾਂ ਹੋ ਚੁੱਕੀਆਂ ਨੇ ਜਦਕਿ 8,000 ਤੋਂ ਵਧੇਰੇ ਲੋਕ ਇਸ ਦੀ ਲਪੇਟ ਵਿੱਚ ਆ ਗਏ ਨੇ। ਇਸ ਅਧਿਐਨ ਤੋਂ ਪਤਾ ਲੱਗਾ ਹੈ ਕਿ ਜਦ ਕੋਈ ਕੋਰੋਨਾ ਪੀੜਿਤ ਵਿਅਕਤੀ ਛਿੱਕਦਾ ਜਾਂ ਖੰਘਦਾ ਹੈ ਤਾਂ ਥੁੱਕ ਦੇ ਛੋਟੇ ਛੋਟੇ ਕਣ ਹਵਾ ਵਿੱਚ ਫੈਲਦੇ ਨੇ ਤਾਂ ਸਤ੍ਹਾ 'ਤੇ ਡਿੱਗਦੇ ਨੇ। ਸਤ੍ਹਾ ਦੇ ਤਾਪਮਾਨ ਅਤੇ ਵਾਤਾਵਰਣ 'ਤੇ ਨਿਰਭਰ ਕਰਦਾ ਹੈ ਕਿ ਕਿੰਨੇ ਕੁ ਦਿਨ ਤੱਕ ਵਾਇਰਸ ਨੂੰ ਜਿਉਂਦਾ ਰੱਖਦੇ ਨੇ। 11 ਮਾਰਚ ਨੂੰ ਮੈਡਰਿਕਜ਼ੇਬ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਤੋਂ ਕੋਰੋਨਾ ਨੂੰ ਲੈ ਕੇ ਦੱਸਿਆ ਸੀ ਕਿ ਪਲਾਸਟਿਕ ਅਤੇ ਸਟੇਨਲੈਸ ਸਟੀਲ 'ਤੇ ਇਹ ਵਾਇਰਸ 2 ਜਾਂ 3 ਦਿਨਾਂ ਤੱਕ ਜਿਉਂਦਾ ਰਹਿ ਜਾਂਦਾ ਹੈ ਅਤੇ ਤਾਂਬੇ ਦੀ ਸਤ੍ਹਾ 'ਤੇ 4 ਘੰਟੇ ਜਿਉਂਦਾ ਰਹਿੰਦਾ ਹੈ। ਬਿਊਰੋ ਰਿਪੋਰਟ, ਆਵਾਜ਼ ਏਗਮ ਟੀਵੀ।